ਘਰੋਂ ਭਾਜੀ ਚੰਗੀ ਭਲੀ ਮੈਂ ਲੈ ਕੇ ਆਇਆ ਵਾਂ ਇੱਥੇ ਬਾਰਿਸ਼ ਦੀ ਵਜ੍ਹਾ ਤੋਂ ਕਣੀ ਪਈ ਆ ਬੰਦ ਹੋ ਗਈ ਯਾਰ ਏਡੀ ਨਾਜ਼ੁਕ ਗੱਡੀ ਲਈ ਫਿਰਦਾ ਕਣੀ ਨਾ ਬੰਦ ਹੋ ਗਈ ਨਵੀਂ ਗੱਡੀ ਦਾ ਮੇਰੇ ਹੀ ਸਿਆਪਾ ਹੁੰਦਾ ਨਾ ਕਿਹੜੀ ਸ਼ਾਇਦ ਆ ਇਹਦੇ ਚ ਨਵੀਂ ਹੈ ਮੈਂ ਕਹਿੰਦਾ ਮੈਂ ਇੱਥੇ ਜਾਣਾ ਨਰਾਨ ਕਗਾਨ ਅੱਗੋਂ ਮਰੀ ਤੇ ਪਤਾ ਨਹੀਂ ਕਿੱਧਰ ਕਿੱਧਰ ਜਾਣਾ ਲੈ ਕੇ ਉੱਥੋਂ ਮੈਂ ਵਿੱਚੋਂ ਬਾਦਣਾ ਉੱਥੇ ਸਕਰਦੂ ਜਾਣਾ ਸਕਰਦੂ ਫੈਮਿਲੀ ਵੀ ਲੈ ਜੀ ਜਿੰਨੀ ਇਹ ਚ ਗੰਜਾਇਸ਼ ਆ ਅਜੇ ਤੇ ਮੈਨੂੰ ਛੇੜਿਆ ਹੀ ਨਹੀਂ ਕਦੀ ਖਲਾਈ ਹੀ ਨਹੀਂ ਹੈ ਮੈਂ ਇਹ ਖਲਾਈ ਵੀ ਨਾ ਸਾਰੀ ਖੁੱਲ ਜਾਣੀ ਆ ਯਾਰ ਤੂੰ ਜੁਗਤਾ ਕਰ ਲਾ ਪਹਿਲੇ ਇਹ ਭਾਣ ਵਨ ਹੈਂਡ ਚੱਲੀ ਗੱਡੀ ਯਾਰ ਕਿਹੜੀ ਵਨ ਹੈਂਡ ਟੁੰਡਾ ਸੀ ਬੰਦਾ ਇੱਕ ਹੱਥ ਚੱਲੀ ਗੱਡੀ ਭਾਈ ਇਹ ਕਿਸੇ ਨੇ ਚਲਾਈ ਨਹੀਂ ਇਹ ਉਹ ਕਿੱਕ ਮਾਰਦੇ ਉਹਦਾ ਅੰਦਰ ਉੱਤੋਂ ਨਗਾਈ ਸੀ ਜਿਹੜੇ ਕਾਗਜ਼ ਲੱਗ ਗਏ ਜਿਹੜੇ ਕਾਗਜ਼ ਆ ਜਿਹੜੇ ਇੱਥੇ ਲੱਗ ਜਾਣੇ ਵੱਡੇ ਸਟੈਂਡ ਤੇ ਲਾ ਜਾ ਰਹੇ ਨੇ ਨਹੀਂ ਮੈਂ ਨਹੀਂ ਵੱਡੇ ਸਟੈਂਡ ਤੇ ਲਾ ਸਕਦਾ ਸਾਡੇ ਘਰ ਜਿਹੜਾ ਵੱਡੇ ਸਟੈਂਡ ਤੇ ਲਾਉਂਦਾ ਨਾ ਉਹਨੂੰ ਟਾਰਜ਼ਨ ਕਹਿੰਦੇ ਆ ਤੁਸੀਂ ਆਪ ਆ ਤੇਰੀ ਸਿਹਤ ਤੋਂ ਵੀ ਇਹੀ ਅੰਦਾਜ਼ਾ ਹੁੰਦਾ ਉਹ ਵੱਡੇ ਸਟੈਂਡ ਤੇ ਲਾ ਪਾ ਮੈਂ ਕਰੰਟ ਚੈੱਕ ਕਰਾਂ ਇਹਦਾ ਹੈ ਯਾਰ ਤੂੰ ਇਸ ਗੱਲ ਤੇ ਸਟੈਂਡ ਲੈ ਲਿਆ ਹੁਣ ਵੱਡੇ ਸਟੈਂਡ ਤੇ ਲਾ ਦਿੰਦੇ ਨਵੀਂ ਗੱਡੀ ਆ ਧਿਆਨ ਨਾਲ ਕੋਈ ਚੀਜ਼ ਨਾ ਟੁੱਟ ਜਾਏ ਇਹਦੀ ਯਾਰ ਇਦਾਂ ਦੀਆਂ ਨਵੀਆਂ ਆਉਣ ਲੱਗ ਗਈਆਂ ਅੱਜ ਕੱਲ੍ਹ ਪਤਾ ਨਹੀਂ ਵੱਡਾ ਸਟੈਂਡ ਹੈਗਾ ਵੀ ਆ ਕਿ ਨਹੀਂ ਦੇਖਣਾ ਭਾਜੀ ਉਹਨਾਂ ਨੇ ਨਵੀਂ ਗੱਡੀ ਨੂੰ ਆ ਹੀ ਨਹੀਂ ਰਿਹਾ ਵੱਡਾ ਸਟੈਂਡ ਦੇਖਿਆ ਯਾਰ ਕੀ ਬਾਤ ਹੈ ਨਵੀਂ ਇਹਦੇ ਨਾਲ ਪਹਿਲੀ ਵਾਰੀ ਵੱਡੇ ਸਟੈਂਡ ਤੇ ਲੱਗੀ ਹੈ ਇਹਦੇ ਨਾਲ ਨਾ ਇੱਕ ਬੰਦਾ ਵੀ ਰੱਖ ਜਿਹੜਾ ਸਟੈਂਡ ਤੇ ਲਾ ਦਿਆ ਕਰੇ ਤੇ ਆ ਪਲੱਗ ਦਾ ਹੀ ਕੋਈ ਮਸਲਾ ਹੋਰ ਨਾ ਛੇੜਨਾ ਨਹੀਂ ਤਾਂ ਸਾਰੀ ਖਰਾਬ ਹੋ ਜਾਣੀ ਹੈ ਸਾਰੀ ਅੱਗੇ ਰਹਿ ਨਹੀਂ ਆ ਤੂੰ ਕਿਹੜਾ ਸ਼ੌਕ ਪੂਰਾ ਕੀਤਾ ਵਾ ਉਹ ਅਗਲੇ ਚੱਕੇ ਦੀ ਬ੍ਰੇਕ ਵਾ ਤੂੰ ਇਹਨੂੰ ਫਲੈਗ ਲਾਉਣ ਵਾਸਤੇ ਬਣਾਇਆ ਤੈਨੂੰ ਕਿੰਨਾ ਪਾਕਿਸਤਾਨ ਨਾਲ ਪਿਆਰ ਹੈ ਹੈ ਇਹਨੇ ਬ੍ਰੇਕ ਨਹੀਂ ਹੈਗੀ ਇਹ ਲੈਦਾ ਉਹਨਾਂ ਨੇ ਲਾਇਆ ਸਿਸਟਮ ਬ੍ਰੇਕ ਦਾ ਇਹਦੇ ਵਿੱਚ ਹੀ ਹੈ ਸਿਸਟਮ ਇਹ ਮਤਲਬ ਨਾ ਇਹਦੇ ਵਿੱਚ ਸੈਂਸਰ ਲੱਗੇ ਆ ਇਹਨੂੰ ਮੈਂ ਕਹਿੰਦਾ ਰੁਕ ਜਾ ਤਾਂ ਰੁਕ ਜਾਂਦੀ ਹੈ ਇਹਦੇ 'ਚ ਸੈਂਸਰ ਲੱਗੇ ਆ ਤੈਨੂੰ ਸੈਂਸ ਹੈ ਨਹੀਂ ਜ਼ਰਾ ਇਹਨੂੰ ਬਾਹਰ ਲੈ ਆਏ ਆ ਅਤੇ ਸੜਕਾਂ 'ਤੇ ਚਲਾਉਣੀ ਮੈਂ ਘਰ ਚਲਾਈ ਜਾਵਾਂ ਇਹ ਦੇਖ ਚੰਗਾ ਭਲਾ ਕਰੰਟ ਆਉਂਦਾ ਜਿਹਦਾ ਭਾਵੇਂ ਚਾਰ ਬੰਦਿਆਂ ਨੂੰ ਹੋਰ ਦੇ ਦੇ ਭਾਵੇਂ ਇੰਨਾ ਆ ਰਿਹਾ ਕਰੰਟ ਉਹਦੇ 'ਚ ਆ ਦੇਖ ਲਾ ਭਾਵੇਂ ਦਸਤਾਨੇ ਪਾ ਲਓ ਕਰੰਟ ਤੇਜ਼ ਹੈਗਾ ਮੇਰੇ ਨਾਲ ਜ਼ੁੰਮੇ ਲੱਗ ਜਾਣਾ ਕਰੰਟ ਆਉਂਦਾ ਇਹਦੇ 'ਚ ਇਹ ਤੁਹਾਡੇ ਸਾਹਮਣੇ ਚਿੰਗਾੜੇ ਨਿਕਲ ਰਹੇ ਆ ਗੱਡੀ ਵਾਪਡ ਵਾਲਿਆਂ ਕੋਲ ਲਈ ਹੈ ਯਾਰ ਮੈਂ 50,000 'ਚ ਰੱਖ ਲਓ ਹੈ 50,000 'ਚ ਬੜੀ ਗੱਲ ਹੈ ਸਸਤੇ ਥੋੜ੍ਹੇ ਪੈਸੇ ਲਾਉਣ ਡਿਆਂ ਹੋਰ ਕੁਛ ਵਧਾ ਥੋੜ੍ਹੇ ਜਿਹਾ ਮੈਂ ਵੀ ਇੰਨੇ ਕੁ ਦੀ ਲਈ ਮੈਂ ਕਿਹਾ ਚਲੋ ਇਹਦਾ ਨਾ 3500 ਰੁਪਈਆ ਲੈਣਾ ਕਿਹਦਾ ਗੱਡੀ ਦਾ ਹੀ ਕਹਿਣ ਡਿਆਂ ਮੈਂ ਕਿਹਾ 3500 ਰੁਪਈਆ ਉਹ ਭਾਈ ਤੋਲ ਕੇ ਵੀ ਇੱਦਾਂ ਹੀ ਵਿਕਣੀ ਆ ਅਤੇ ਹੁਣ ਇਹ ਸਟਾਰਟ ਨਹੀਂ ਹੋ ਸਕਦੀ ਨਹੀਂ ਇਹ ਸਟਾਰਟ ਨਹੀਂ ਹੋਣੀ ਇੱਥੋਂ ਮਜ਼ਦਾ ਕਰਾ ਦੇ ਇਹਨੂੰ ਲੈ ਜਾ ਘਰ ਤੂੰ ਫਿਰ ਮੈਨੂੰ ਧੱਕਾ ਲਾ ਕੇ ਘਰ ਤੱਕ ਤੇ ਛੱਡਿਆ ਤੈਨੂੰ ਮੈਂ ਇੱਥੋਂ ਧੱਕਾ ਐਸਾ ਦੇਣਾ ਵਾ ਤੂੰ ਆਓ ਜਾਣਾ ਵਾ ਸੜਕ 'ਤੇ ਸਮਝਦਾ ਨਾ ਅੱਗੇ ਕੋਈ ਰਕਸ਼ਾ ਕਰਾ ਲਈ ਹੁਣ ਤਾਂ ਕੋਈ ਪੈਸਾ ਨਹੀਂ ਇਹਦਾ ਚੈੱਕ ਚੁੱਕਦਾ ਕਿਉਂ ਚੈੱਕ ਦਾ ਕਿਉਂ ਨਹੀਂ ਤੂੰ MBBS ਵੀ ਚਾਹੇ ਫੀਸ ਰੱਖੀ ਚੈੱਕ ਭਾਈ ਅਸੀਂ ਚੈੱਕ ਤਾਂ ਕੀਤਾ ਨਾ ਕੰਮ ਨਹੀਂ ਕੀਤਾ ਨਹੀਂ ਚੱਲੀ ਹੁਣ ਤੇਰੀ ਗੱਡੀ ਦੇ ਫਾਲਟ ਹੈਗਾ ਵਾ ਨਹੀਂ ਆ ਰਿਹਾ ਸਾਹਮਣੇ ਕਰੰਟ ਉਹਦਾ ਅੰਦਰੋਂ ਹੀ ਨਹੀਂ ਆ ਰਿਹਾ ਅੰਦਰ ਆ ਜਾ ਅੰਦਰ ਉਹ ਦੇਖ ਨੇ ਕਿੱਥੋਂ ਨਹੀਂ ਆ ਰਿਹਾ ਭਾਈ ਇੱਥੇ ਦੀ ਗੱਲ ਕਰ ਰਹੇ ਹਾਂ ਅੰਦਰ ਅੱਛਾ ਇਹ